चक्नी धौन तो गीला अद्धा निकल गया अद्धा कढ़ देंगे नो प्रॉब्लम। किसानी अंदोलन का अज 25वां दिन चल रहा वा, सो लगातार इस अंदोलन में समर्थन मिल रहा वा। अज करन ओजला पहुंचे ने, खालसा हेड से पहुंचे ने, मदद कर रहे हैं, गलबात कर लें। ओजला साहब बतौर कलाकार इस इकट्ठ को पहली नज़र तुम किस तरह देखते हो? मेरी तो रूह खुश होगी जी, जिदा रूह खिड़ जाती है भी जिदा आ कुछ कदे अपनी जिदा मैं उम्र के लाइफ के कद इदा दी कदम विटनेस की नहीं सी, पर इतने आके रूह में शांति मिलती है तो इतने आते रहेंगे भाई। बहुत बहुत ज़्यादा मैं इस चीज़ में शब्दों में बयान नहीं कर सकता जो जो मैं इस टाइम फील कर रहा। तुसीं भी अंदोलन के आए हो, बहुत बड़ा कट हैगा वा अंदोलन के, साड़ी मतावां सड़कां ते बैठियां ने, अंदाता सड़क ते बैठा वा। सो किस तरह देखदे हो इस अंदोलन नूं? सरकार हालांकि इन्हां दी मंगां नहीं मानदी पर अंदाता सड़कां ते आ। हाँ जी बिल्कुल, बहुत माड़ी गल सरकार वास्ते जिहड़ी चीज़ां सुन नहीं रहे, पर तुसीं एक एक टाइम तो यह भी देखो भी अपने जिहड़े बजुर्ग ने, मातावां ने, भैणां ने, उन्हां दे मूँह दे उत्ते हले भी समाइल है, उन्हां दे मूँह दे उत्ते जिहड़ा कि चेहरे दे उत्ते हले भी मुस्कान है, तो उन्हां नूं किसे चीज़ का रोसा नहीं हैगा। तो ना तो वह जिहड़े जिहड़े लोग आपां नूं डंडियां दे नाल लाशां भर रहे ढूहियां, तो उन्हां नूं होर प्रशादे ला के अपने हत्थां नाल छकवा रहे, तुसीं आप देखो भी उन्हां दा किड्डा जिगरा हो ते किस तरह हो इस चीज़ नूं लै रहे ने। सो मैनूं तां इही लगदा भी उन्हां नूं पता है भी साडी जित पक्की है ते अपनी जित होगी। ਮਤਾਵਾਂ ਨੂੰ ਤੁਸੀਂ ਨੌਜਵਾਨਾਂ ਨੂੰ ਮਿਲ ਕੇ ਆਏ ਹੋ, ਕਿਸ ਤਰ੍ਹਾਂ ਦਾ ਹੌਸਲਾ ਹੈਗਾ ਉਹਨਾਂ ਦੇ ਅੰਦਰ? ਬਹੁਤ ਵਧੀਆ ਹੌਸਲਾ ਬਾਈ ਜੀ, ਮੈਂ ਕਹਿੰਦਾ ਉਹੀ ਉੱਥੀ ਗੱਲ ਆ ਗਈ ਵੀ ਰੂਹ ਖੁਸ਼ ਹੋ ਗਈ, ਸਵਾਦ ਆ ਗਿਆ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਹਾਂ, ਵੀ ਅੱਗੇ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਅਤੇ ਦੇਖਣ ਨੂੰ ਮਿਲਦਾ ਰਹੂਗਾ, ਬਸ ਇੱਥੇ ਆ ਕੇ ਰੂਹ ਖੁਸ਼ ਹੋ ਗਈ ਬਾਈ, ਇਹੀ ਕਹਿ ਸਕਦਾ ਮੈਂ ਤੁਹਾਨੂੰ। ਉਹਦਾ ਸਾਹਿਬ ਅਕਸਰ ਗਾਣਿਆਂ ਦੇ ਵਿੱਚ ਮੀਡੀਆ ਜਿਹੜਾ ਵਾ ਫਿਲਮਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਜਾਂਦਾ ਸੀ, ਅੱਜ ਉਹ ਨੌਜਵਾਨ ਫਰੰਟ ਰੋਲ ਅਦਾ ਕਰ ਰਿਹਾ ਵਾ, ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਨੌਜਵਾਨ ਨੂੰ? ਬਾਈ ਬਹੁਤ ਵਧੀਆ ਹੈ ਤਾਂ, ਹਾਂਜੀ ਇਹ ਵੀ ਗੱਲ ਹੈਗੀ ਹੈ ਵੀ ਕਈ ਕਹਿੰਦੇ ਵੀ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਚਿੱਟਾ ਆ ਗਿਆ ਜਾਂ ਪੰਜਾਬ 'ਚ ਬਹੁਤ ਜ਼ਿਆਦਾ ਨਸ਼ੇ ਆ ਗਏ। ਮੈਂ ਕਹਿੰਦਾ ਵੀ ਅੱਜ ਇੱਥੇ ਆਓ, ਇੱਥੇ ਆ ਕੇ ਦੇਖੋ ਤੁਸੀਂ ਇੱਥੇ ਕੀ ਹੋ ਰਿਹਾ, ਇਕੱਲਾ ਇਕੱਲਾ ਨੌਜਵਾਨ, ਇਕੱਲਾ ਇਕੱਲਾ ਮੁੰਡਾ, ਬੱਚੇ ਤੋਂ ਬੱਚੇ ਇੱਥੇ ਆਏ ਬੈਠੇ ਨੇ ਅਤੇ ਆਪਣੇ ਹੱਥਾਂ ਨਾਲ ਪ੍ਰਸ਼ਾਦੇ ਜਿੱਦਾਂ ਬਜ਼ੁਰਗਾਂ ਨੂੰ ਦੇ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਸਵੇਰੇ ਉੱਠਦੇ ਨੇ, ਰਾਤ ਨੂੰ ਸੌਂਦੇ, ਸਾਰਾ ਕੁਛ ਇੱਥੇ ਹੀ, ਉਹਨਾਂ ਦੀ ਜ਼ਿੰਦਗੀ ਇੱਥੇ ਆ, ਇੱਥੇ ਮੇਲਾ ਲੱਗਿਆ ਹੋਇਆ ਯਾਰ ਬਾਈ, ਕੋਈ ਚੱਕਰ ਹੀ ਨਹੀਂ ਹੈਗਾ ਹਨ ਆਪਣੇ ਬੰਦਿਆਂ ਨੂੰ, ਕੋਈ ਨੋ ਪ੍ਰੋਬਲਮ ਹੈ। ਸੋ ਇਹ ਚੀਜ਼ ਦੀ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਅਤੇ ਇੱਕ ਗੱਲ ਮੈਂ ਉਹ ਜਿਹੜਾ ਜ਼ਰੂਰ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਇੱਥੇ ਆ ਕੇ ਸਾਰਾ ਕੁਛ ਕਵਰ ਕਰ ਰਹੇ ਹੋ, ਕਿਉਂਕਿ ਜਿਹੜੀ ਨੈਸ਼ਨਲ ਮੀਡੀਆ ਹੈ ਉਹ ਇਹ ਤਾਂ ਆਪਣੇ ਜ਼ਰੂਰ ਦਿਖਾ ਦਿੰਦੇ ਆ ਵੀ ਇਹ ਪੀਜ਼ੇ ਖਾਂਦੇ ਨਹੀਂ ਜੀ, ਇਹਨਾਂ ਕੋਲ ਬਜਟ ਕਿੱਥੋਂ ਦਾ ਵਾ, ਟਰਾਲੀਆਂ ਦੇ ਥੱਲੇ ਸੁੱਤੇ ਪਏ ਜਿਹੜੇ ਆਪਣੇ ਬਾਪੂ ਨੇ ਜਾਂ ਮਾਤਾਵਾਂ ਨੇ, ਉਹ ਨਹੀਂ ਉਹ ਕਵਰ ਕਰ ਰਹੇ, ਤੁਹਾਡੇ ਲਈ ਵੀ ਇਹ ਦਾਤ ਵਾਲੀ ਗੱਲ ਆ, ਤੁਸੀਂ ਇੱਥੇ ਕਵਰ ਕਰ ਰਹੇ ਹੋ। ਅਤੇ ਮੈਂ ਗੱਲ ਜ਼ਰੂਰ ਦੱਸਣਾ ਚਾਹੁੰਦਾ, ਮੈਂ ਇਹ ਚੀਜ਼ ਸਟੇਜ 'ਤੇ ਵੀ ਬੋਲੂੰਗਾ ਜੇ ਮੈਨੂੰ ਮੌਕਾ ਮਿਲਿਆ, ਵੀ ਇਹ ਗੁਰੂ ਦਾ ਲੰਗਰ ਹੈ, ਇਹਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਪੁੱਛਦੇ ਹੋ ਵੀ ਬਜਟ ਕਿੱਥੋਂ ਆਉਂਦਾ ਜਾਂ ਇਹਨਾਂ ਕੋਲ ਪੈਸਾ ਕਿੱਥੋਂ ਆਉਂਦਾ, ਫੰਡਿੰਗ ਕਿੱਥੋਂ ਦੀ ਆ, 1469 ਈਸਵੀ ਤੋਂ ਸਿੱਖ ਧਰਮ ਦੀ ਸਥਾਪਨਾ ਹੋਈ ਹੈ ਅਤੇ ਉਦੋਂ ਤੋਂ ਦਸਵੰਧ ਅਸੀਂ ਕੱਢਦੇ ਆਏ ਹਾਂ ਗੁਰੂ ਦੇ ਲੰਗਰ ਦਾ, ਅਤੇ ਬਾਬੇ ਨਾਨਕ ਦਾ ਲੰਗਰ ਹੈ ਜੀ, ਇਹ ਇੱਦਾਂ ਹੀ ਚੱਲਦਾ ਰਹੂਗਾ, ਨਾ ਤਾਂ ਇਹ ਕਦੇ ਰੁਕਿਆ ਅਤੇ ਨਾ ਇਹਨੂੰ ਕੋਈ ਰੋਕ ਸਕਦਾ। ਸਵਾਲ ਇਹ ਵੀ ਆ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਅੰਨਦਾਤਾ ਸੜਕਾਂ 'ਤੇ ਆ, ਗੁਰਦੁਆਰਾ ਸਾਹਿਬ 'ਚ ਜਾਣਾ ਹੁੰਦਾ ਹੈ ਕਿਸਾਨਾਂ ਨੇ, ਸ਼ਹੀਦੀ ਦਿਹਾੜਿਆਂ ਦੇ ਵਿੱਚ ਅੰਨਦਾਤਾ ਨੂੰ ਸੜਕਾਂ 'ਤੇ ਸਰਕਾਰ ਨੇ ਰੋਲਿਆ ਹੈ, ਕਿਸ ਤਰ੍ਹਾਂ ਦੇਖਦੇ ਤੁਸੀਂ ਉਹਨਾਂ ਨੂੰ? ਬਹੁਤ ਬੁਰੀ ਗੱਲ ਹੈ ਜੀ, ਬਸ ਪਰ ਆਪਣੇ ਸਾਰੇ ਭਰਾ ਇੱਥੇ ਇਕੱਠੇ ਹੋਏ ਬੈਠੇ ਨੇ, ਮਾਤਾਵਾਂ ਬਜ਼ੁਰਗ ਇੱਥੇ ਸਵੇਰੇ ਸ਼ਾਮ ਪਾਠ ਹੋ ਰਿਹਾ, ਬਾਣੀ ਸੁਣਨ ਨੂੰ ਮਿਲਦੇ, ਇਹ ਤੋਂ ਵਧੀਆ ਕੀ ਹੋਊਗਾ ਤੁਸੀਂ ਮੈਨੂੰ ਦੱਸੋ? ਰੱਬ ਦਾ ਰੂਪੀ ਸਾਰੇ ਬੰਦੇ ਇੱਥੇ ਆਏ ਹੋਏ ਨੇ, ਬਸ ਮੈਂ ਤਾਂ ਇਹੀ ਕਹੂੰਗਾ ਵੀ ਜੋ ਵੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ, ਪਰਮਾਤਮਾ ਨੇ ਆਪਣੀ ਸੁਣ ਲਈ ਅਤੇ ਰੱਬ ਸੁਣਦਾ ਰਹੂਗਾ, ਰੱਬ ਆਪਣੇ ਵੱਲ ਹੈ ਅਤੇ ਸਾਰੇ ਲੋਕ ਪੰਜਾਬ ਦੇ ਆਪਣੇ ਵੱਲ ਨੇ, ਬਸ ਮੈਂ ਇਹੀ ਕਹੂੰਗਾ ਵੀ ਇਸ ਚੀਜ਼ ਨੂੰ ਪੀਸਫੁੱਲ ਆਪਾਂ ਰੱਖਿਆ, ਸਾਰੇ ਸੂਝਵਾਨ ਨੇ ਮੇਰੇ ਨਾਲ, ਜੰਗ ਜਿੱਤਾਂਗੇ, ਜਿੱਤ ਗਏ ਹਾਂ ਬਾਈ ਜੀ, ਜਿੱਤ ਗਏ ਹਾਂ, ਅਤੇ ਜਿਹੜੀ ਮਾੜੀ ਮੋਟੀ ਰਹਿ ਗਈ ਉਹ ਵੀ ਜਿੱਤ ਲੈ, ਕੋਈ ਚੱਕਰ ਨਹੀਂ, ਧੌਣ ਤੋਂ ਕੀਲਾ ਅੱਧਾ ਨਿਕਲ ਗਿਆ ਅੱਧਾ ਕੱਢ ਦਿਆਂਗੇ, ਨੋ ਪ੍ਰੋਬਲਮ। ਅਕਸਰ ਦੇਖਿਆ ਜਾਂਦਾ ਕਿ ਜਦੋਂ ਪਿਛੋਕੜ ਬੀਜ ਜਾਂਦਾ ਵਾ ਉੱਤੇ ਫਿਲਮਾਂ ਬਣ ਜਾਂਦੀਆਂ ਨੇ, ਅੱਜ ਦੇ ਟਾਈਮ 'ਚ 150 ਗਾਣੇ ਕਿਸਾਨੀ ਅੰਦੋਲਨ 'ਤੇ ਬਣ ਚੁੱਕੇ ਨੇ, ਸੋ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਬਦਲਾਅ ਆਵੇਗਾ ਫਿਲਮ ਇੰਡਸਟਰੀ ਦੇ ਵਿੱਚ ਵੀ, ਗਾਣੇ ਦੇ ਵਿੱਚ ਵੀ? ਬਿਲਕੁਲ ਬਾਈ, ਇਹ ਤਾਂ ਮਿਸਾਲ ਪੈਦਾ ਹੋ ਗਈ ਹੈ ਨਾ ਆਪਣੇ ਲਈ, ਸਾਨੂੰ ਵੀ ਮੌਕਾ ਹੁਣ, ਅਸੀਂ ਵੀ ਜ਼ਰੂਰ ਜਿੰਨਾ ਹੋ ਸਕਦਾ ਲਿਖਾਂਗੇ ਆਪਣੇ ਨੌਜਵਾਨਾਂ ਨੂੰ, ਜਿਹੜਾ ਮੋਟੀਵੇਟ ਕਰਨ ਲਈ ਸਾਰਾ ਕੁਝ ਕਰਾਂਗੇ ਬਾਈ, ਕੋਈ ਚੱਕਰ ਨਹੀਂ, ਸਾਡੀ ਵੀ ਜਿਹੜੀ ਡਿਊਟੀ ਹੈ ਅਸੀਂ ਪੂਰੀ ਚੰਗੀ ਤਰ੍ਹਾਂ ਨਿਭਾਵਾਂਗੇ, ਨੋ ਪ੍ਰੋਬਲਮ ਹੈ ਬਾਈ ਜੀ। ਸਵਾਲ ਦੁਬਾਰਾ ਰਿਪੀਟ ਕਰੂੰਗਾ, ਇਹਦੇ 'ਚ ਇੱਕ ਇਹ ਵੀ ਹੈ ਨਾ ਕਿ ਜਿਵੇਂ ਅੱਜ ਦੇ ਨੌਜਵਾਨਾਂ ਦੇ ਉੱਤੇ ਫਿਲਮਾਂ ਬਣਾਈ ਜਾਂਦੀ ਸੀ ਨਸ਼ੇੜੀ ਨੌਜਵਾਨਾਂ, ਹੁਣ ਇਹ ਬੀਤ ਰਿਹਾ ਵਾ ਜੋ ਬੀਤ ਰਿਹਾ ਵਾ, ਸੋ ਲੱਗਦਾ ਕਿ ਸਮੇਂ 'ਚ ਬਦਲਾਅ ਆਵੇਗਾ, ਫਿਲਮਾਂ 'ਚ ਬਦਲਾਅ ਆਵੇਗਾ ਇਸ ਅੰਦੋਲਨ ਨੂੰ ਲੈ ਕੇ? ਬਾਬਾ ਸਾਨੂੰ ਹੀ ਮੌਕਾ ਦੇਵੇ, ਅਸੀਂ ਉਹ ਬਣਾਵਾਂਗੇ ਸਾਰੀ ਚੀਜ਼ ਦੇ ਉੱਤੇ, ਜਦੋਂ ਵੀ ਇਹਦਾ ਜੋ ਵੀ ਸੱਟਾ ਨਿਕਲਦਾ ਇਸ ਚੀਜ਼ ਦੇ ਉੱਤੇ, ਅਸੀਂ ਉਹ ਫਿਲਮ ਬਣਾਵਾਂਗੇ, ਕੋਈ ਚੱਕਰ ਨਹੀਂ ਹੈਗਾ, ਨੋ ਪ੍ਰੋਬਲਮ। ਉਹਦਾ ਕਰੀਬ ਜਿਵੇਂ ਮੈਂ ਦੱਸਿਆ ਕਿ 150 ਗਾਣਾ ਕਿਸਾਨੀ ਅੰਦੋਲਨ ਦੇ ਆ ਚੁੱਕਾ ਵਾ, ਦਿੱਲੀ ਦੇ ਖਿਲਾਫ ਇਹ ਗਾਣੇ ਜਿਹੜੇ ਆ ਅੱਜ ਦੇ ਟਾਈਮ 'ਤੇ ਲਿਖੇ ਜਾ ਰਹੇ ਨੇ, ਸੋ ਪਹਿਲਾਂ ਹੁੰਦਾ ਸੀ ਕਿ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਗਾਣੇ ਲਿਖੇ ਜਾਂਦੇ ਸੀ ਜਾਂ ਉਹਨਾਂ ਨੂੰ ਭੜਕਾਊ ਗਾਣੇ ਜਿਵੇਂ ਕਿਹਾ ਜਾਂਦੇ ਸੀ ਲਿਖੇ ਜਾਂਦੇ ਸੀ, ਹੁਣ ਦਿੱਲੀ ਦੇ ਖਿਲਾਫ ਇਹ ਗਾਣੇ ਲਿਖੇ ਜਾਂਦੇ ਨੇ, ਬਦਲਾਅ ਕਿਸ ਤਰ੍ਹਾਂ ਦਾ ਹੁਣ ਆਉਣ ਵਾਲਾ ਸਮਾਂ ਆ? ਬਸ ਇਹੀ ਆ ਬਾਈ ਜੀ, ਦੇਖੋ ਕਲਮ
जिन्ना बोल सकती है बोल रही है, कहते कलम देख के किसी का जोर नहीं होंगे। सो यह भी कहा जाता है कलम भी बिकाऊ होगी। हाँ जी, कलम तो चलो जिन्हों की होगी है, पर अपनी मैनू इन्ना यकीन है भी जिन्हें पंजाब के कलाकार भरा ने सारे असी चाहे ऊँ जिन्ना मर्जी सारे चलता ना, पर जिथे गल साडे पंजाब की हैगी किसानी की हैगी उत्थे ही सारे इकट्ठिया के इकट्ठे होंगे रहेंगे, सानू कोई चक्कर नहीं है भाई। वो शब्द वो अन्नदाता लई जिहड़ा सड़कां ते बैठा, बस भाई मैं यही कहना चाहुंदा सारयां नूं भी तुसीं कहिंदे हो असी बसा अग लाने वाले नहीं है, असं बैरियर में प्रशादा छकाने वाले हैं जी। वाहगुरू जी का खालसा वाहगुरू जी की। सो ये करण ओजला जिते पहुंचे ने खालसा एड से मदद करने लिए पहुंचे, तुम तस्वीर दिखा दें, इतने खालसा एड के भी जोड़े नुमाइंदे ने पहुंचे ने, गलबात भी उन्होंने करा। सो बहुत सारी इंडस्ट्री लगातार किसानी अंदोलन सपोर्ट कर रही है। सो ये करण ओजला वालों भी दो शब्द जोड़े किसानों लिए किया वा कि अन्नदाता वा साडा सड़कों बैठा वा, सरकार भी जी इन्ह की आवाज़ जी सुननी चाहिए आता कि शांतिमय अंदोलन जोड़ा वा वापस पंजाब वाल।